ਸਾਰਿਆਂ ਨੂੰ ਹੈਲੋ ਤੇ ਮੇਰੇ ਚੈਨਲ ਤੇ ਤੁਹਾਡਾ ਸਾਰਿਆਂ ਦਾ ਫਿਰ ਤੋਂ ਸਵਾਗਤ ਹੈ। ਅੱਜ ਦੀ ਇਸ ਪਤੇਨ ਤੇ ਬੀ ਦੀ ਥਿਊਰੀ ਅੱਜ ਤੀਸਰੀ ਵੀਡੀਓ ਵਿੱਚ ਅਸੀਂ ਪੜਾਂਗੇ ਕਲਾਸੀਫਿਕਟ ਸੁਨੇ ਦੀ ਵੇਈਕੋਲੀ ਪਾਰਟ 1 ਤੇ ਇਸ ਤੋਂ ਇਲਾਵਾ ਥਿਊਰੀ ਪੜਨ ਤੋਂ ਇਲਾਵਾ ਅੱਜ ਦੀ ਇਸ ਵੀਡੀਓ 'ਚ ਅਸੀਂ ਵੇਰੋ ਤੇ ਫਾਲਸੋ ਕੁਇਜ਼ ਵੀ ਦੇਖਾਂਗੇ ਸਾਰੇ ਵੇਈਕਲਸ ਨਾਲ ਰਿਲੇਟਡ। ਸਭ ਤੋਂ ਪਹਿਲਾਂ ਅਸੀਂ ਇਹ ਦੇਖਦੇ ਹਾਂ ਕਿ ਵੇਈਕੋਲੋ ਜਾਂ ਵੇਈਕੋਲੀ ਕੀ ਹੁੰਦਾ ਹੈ। Il veicolo è una qualunque macchina che circoli su strada guidata dall'uomo. Yani che ek vehicle o koi bhi macchina koi bhi machine hai jehdi strade de upar chaldi hai te oh ek uomo yani che ek insaan rahi chalai jandi hai. Is vich hun tusi dhyan rakhna ke jehdiya gaddiyan chote bacche chalaunde hai ya fir jehdiya wheelchairs hunde hai jehdi ki apahij log chalaunde hai ਉਹ ਵਹੀਕਲ ਵਿੱਚ ਨਹੀਂ ਆਉਂਦਾ। ਇੱਥੇ ਇਹ ਲਿਖਿਆ ਆ ਇਚਾਤੋ ਕੁਇਲੀ ਡਿਸਟੀਨਾਤੀਆ ਬੰਬੀਨੀ ਇਦਾਲੀ ਬਾਲੀ ਦੀ। ਹੁਣ ਅਸੀਂ ਦੇਖਦੇ ਹਾਂ ਕਿ ਵਹੀਕਲ ਕਿਹੜੇ ਕਿਹੜੇ ਕੈਟੇਗਰੀ 'ਚ ਡਿਵਾਈਡ ਹੁੰਦੇ ਆ। ਸਭ ਤੋਂ ਪਹਿਲਾਂ ਅਸੀਂ ਦੇਖਾਂਗੇ ਵਹੀਕਲ ਆ ਬਰਾਚਾ ਸੋ ਵਹੀਕਲ ਸਪਿੰਤੀ ਓ ਟ੍ਰਾਇਨਾਤੀ ਦਾ ਉਨ ਉਮ ਪੀ ਦੀ ਯਾਨੀ ਕਿ ਉਹ ਵਹੀਕਲ ਹੈ ਜਿਹੜੇ ਸਪਿੰਤੀ ਹੁੰਦਾ ਹੈ ਧੱਕਣਿਆ ਤੇ ਟ੍ਰਾਇਨਾਰੇ ਹੁੰਦਾ ਖਿੱਚਣਾ ਜਿਹੜੇ ਕਿ ਧੱਕੇ ਜਾਂ ਖਿੱਚੇ ਜਾਂਦੇ ਆ ਇੱਕ ਵੋਮੋ ਯਾਨੀ ਕਿ ਇੱਕ ਇਨਸਾਨ ਜਿਹੜਾ ਕਿ ਪੈਦਲ ਜਾ ਰਿਹਾ ਆਪੇ ਦੀ। ਇਸ ਵਾਲੇ ਵਹੀਕਲ ਨੂੰ ਤੁਸੀਂ ਚੰਗੀ ਤਰ੍ਹਾਂ ਤਾਂ ਚੇਤੇ ਰੱਖ ਸਕਦੇ ਕਿਉਂਕਿ ਬਰਾਚੋ ਹੁੰਦਾ ਆ ਬਾਹ ਤੇ ਜਿਹੜੀ ਕੋਈ ਵੀ ਚੀਜ਼ ਨੂੰ ਤੁਸੀਂ ਆਪਣੀ ਬਾਹ ਨਾਲ ਖਿੱਚੋਗੇ ਜਾਂ ਧੱਕੋਗੇ ਉਹ ਹੋਊਗਾ ਇੱਕ ਵਹੀਕਲ ਆ ਬਰਾਚਾ। ਹੁਣ ਅਸੀਂ ਦੇਖਾਂਗੇ ਵਹੀਕਲ ਅਤਰਾਸਿਓਨੇ ਅਨੀਮਾਲੇ ਸੋ ਵਹੀਕਲ ਤ੍ਰੈਨਾਤੀ ਦਾ ਊਨੋ ਓ ਪਿਊ ਅਨੀਮਾਲੀ ਇਹ ਉਹ ਵਹੀਕਲਸ ਹੁੰਦੇ ਜਿਹੜੇ ਇੱਕ ਜਾਂ ਵੱਧ ਐਨੀਮਲਸ ਰਾਹੀਂ ਖਿੱਚੇ ਜਾਂਦੇ ਆ ਜਿੱਦਾਂ ਕਿ ਇੱਥੇ ਥੱਲੇ ਦੇਖ ਸਕਦੇ ਤੁਸੀਂ ਫੋਟੋ ਵਿੱਚ। ਹੁਣ ਅਸੀਂ ਦੇਖਾਂਗੇ ਬਿਚੀਕਲੇਤੇ ਜਾਂ ਫਿਰ ਕੁਇਟਸ 'ਚ ਲਿਖਿਆ ਹੁੰਦਾ ਵੇਲੋਚੀਪੇ ਦੀ ਜਿਹੜੀ ਕਿ ਬਿਚੀਕਲੇਤੇ ਹੁੰਦੇ ਨੋਰਮਲੀ ਸਾਨੂੰ ਪਤਾ ਉਹ ਹੁੰਦੇ ਆ ਜਿਹੜੇ ਅਸੀਂ ਆਪਣੇ ਖੁਦ ਦੀ ਪਾਵਰ ਬੋਡੀ ਪਾਵਰ ਨਾਲ ਚਲਾਉਂਦੇ ਹਾਂ। ਇੱਥੇ ਲਿਖਿਆ ਵੀ ਹੋਇਆ ਹੈ ਸੁਣੋ ਕਿ ਅਮਾਤੀ ਅੰਕੇ ਵੇਲੋਚੀਪੇ ਦੀ ਇਸ ਸੁਣੋ ਬੇਕੁਲ ਲਾ ਕੋਈ ਫੋਰਸਾ ਮੁਤਰੀ 'ਚ ਹੈ ਮੁਸਕੁਲਾਰੇ ਫੋਰਸਾ ਮੁਤਰੀ 'ਚ ਉਹ ਵਾਲੀ ਤਾਕਤ ਹੁੰਦੀ ਹੈ ਜਿਹੜੀ ਕਿ ਤੁਹਾਡੀ ਸਾਈਕਲ ਨੂੰ ਚਲਾਉਣ 'ਚ ਹੈਲਪ ਕਰਦੀ ਆ ਅਤੇ ਉਹ ਮੁਸਕੁਲਾਰੇ ਆ ਮੁਸਕੁਲਾਰੇ ਯਾਨੀ ਕਿ ਹੁੰਦਾ ਮਸਲਸ ਦੀ ਆ ਯਾਨੀ ਕਿ ਤੁਹਾਡੇ ਬੋਡੀ ਦੀ ਆ। ਇੱਥੇ ਲਿਖਿਆ ਵੀ ਹੋਇਆ ਆ ਲਾ ਪਰਸੋਨਾ ਲਾ ਐਜ਼ਰਚਿਤਾ ਟਰਾਵਰਸੋ ਦੀ ਪੇਦਾਲੀ ਇਕੁਆਲੀ ਟਰਾਂਸਮਿਟਨੋ ਇਲ ਮੋਟੋ ਅਲਾ ਰੂਤਾ ਮੁਤਰੀਚੇ ਦੀ ਨੋਰਮਾ ਕੋਲਾ ਪੋਸਟੇਰੀਓਰੇ ਅਟਰਾਵਰਸੋ ਨਾ ਕਤੇਨਾ ਇਹ ਵਾਲੀ ਚੀਜ਼ ਉਹੀ ਯਾਨੀ ਕਿ ਜਿਹੜੀ ਤੁਸੀਂ ਆਪਣੀ ਪਾਵਰ ਯੂਜ਼ ਕਰਦੇ ਆ ਪੈਡਲ 'ਤੇ ਮਾਰਨ ਨੂੰ ਉਹ ਮੋਰਲੇ ਟਾਇਰ ਨੂੰ ਚੱਲਣ 'ਚ ਹੈਲਪ ਕਰਦੀ ਹੈ ਅਤੇ ਉਸ ਰਾਹੀਂ ਤੁਹਾਡਾ ਜਿਹੜਾ ਸਾਈਕਲ ਉਹ ਚੱਲਦਾ ਆ। ਪਰਸਨ ਅੰਕੇ ਐਸੇ ਆ ਪੇਦਾਲਾਤਾ ਸਿਸਤੀਤਾ ਯਾਨੀ ਕਿ ਇਹ ਪੇਦਾਲਾਤਾ ਸਿਸਤੀਤਾ ਵਾਲੀਆਂ ਵੀ ਹੋ ਸਕਦੀਆਂ ਅਤੇ ਦੇਖਾਂਗੇ ਕਿਹੜਾ ਮਤਲਬ ਕੀ ਆ। ਇਨ ਕੁਇਸਟੋ ਕਾਜ਼ੋ ਲਾ ਫੋਰਸਾ ਮੁਸਕੁਲਾਰੇ ਦੇਲੂਓਮੋ ਵੀਨੇ ਇੰਟੇਗਰਾਤਾ ਓ ਅਸਿਸਤੀਤਾ ਦਾਲਾ ਫੋਰਸਾ ਮੋਟਰੀਚੇ ਜਨਰਾਤਾ ਦਾ ਉਨ ਮੋਟੋਰੇ ਇਲੈਕਟ੍ਰਿਕੋ ਯਾਨੀ ਕਿ ਇਸ ਕੇਸ ਵਿੱਚ ਜਿਹੜਾ ਫੋਰਸਾ ਮੁਸਕੁਲਾਰੇ ਆਪਣਾ ਜਿਹੜੀ ਆਪਣੀ ਇਨਸਾਨ ਦੀ ਮਸਲ ਦੀ ਪਾਵਰ ਆ ਉਹ ਅਸਿਸਤੀਤਾ ਹੁੰਦਾ ਯਾਨੀ ਕਿ ਉਹਦੀ ਹੈਲਪ ਕਰਦਾ ਹੈ ਇੱਕ ਫੋਰਸਾ ਮੋਟਰੀਚੇ ਯਾਨੀ ਕਿ ਇੱਕ ਹੋਰ ਪਾਵਰ ਜਿਹੜੀ ਕਿ ਇੱਕ ਮੋਟੋਰੇ ਇਲੈਕਟ੍ਰਿਕੋ ਤੋਂ ਆਉਂਦੀ ਹੈ ਕਿ ਇੱਕ ਇਲੈਕਟ੍ਰਿਕ ਮੋਟਰ ਤੋਂ ਆਉਂਦੀ ਆ ਅਤੇ ਇੱਕ ਚੀਜ਼ ਧਿਆਨ 'ਚ ਰੱਖਣੀ ਆ ਕਿ ਜਿਹੜੀ ਇਹ ਮੋਟਰ ਆ ਇਹਦਾ ਪੋਤੇਨਸਾ ਮਾਸੀਮਾ ਜਿਹੜਾ ਹੁੰਦਾ ਯਾਨੀ ਕਿ ਜਿਹੜੀ ਪਾਵਰ ਆ ਉਹ 0.25 ਯਾਨੀ ਕਿ 0.25 ਕਿਲੋਵਾਟ ਤੋਂ ਉੱਪਰ ਨਹੀਂ ਹੋਣੀ ਚਾਹੀਦੀ। ਜਿਹੜੇ ਤੋਂ ਘੱਟ ਆ ਉਹ ਬਿਚੀਕਲੇਤੇ ਜਾਂ ਵਿਰੋਚੀਪੇ ਦੀ ਕੁੰਪੇਦਾਲਾ ਤਾਂ ਸਿਸਤੀਤਾ ਮੰਨੇ ਜਾਂਦੇ ਆ ਉਸ ਤੋਂ ਵੱਧ ਨਹੀਂ। ਤੇ ਇਹਦੇ ਨਾਲ ਰਿਲੇਟਡ ਇੱਕ ਕੁਝ ਹੈਗਾ ਜਿਹੜਾ ਕਿ ਹੁਣ ਅਸੀਂ ਅੱਗੇ ਦੇਖਾਂਗੇ। ਉਸ ਤੋਂ ਬਾਅਦ ਅਸੀਂ ਦੇਖਾਂਗੇ ਚਿਕਲੋ ਮੋਟੋਰੇ È un veicolo con due o tre ruote di cilindrata massima di 50 cm cubi e velocità massima di 45 km orari. La potenza massima è 6 kW. E ci sbot ti ha anche con che ele nal kinne quiz a hi ek sentence nal. Sabto pella jera ciclomotore ha o de do ya tin ruote yani ki tire ho sakde ha. Cilindrata massima yani ki hunda ya jera motor da dimension hunda ya ਉਹਨੂੰ ਅਸੀਂ ਚਿਲਿੰਦਰਾਤਾ ਕਹਿੰਦੇ ਹਾਂ ਉਹ 50 cm³ ਤੋਂ ਵੱਧ ਨਹੀਂ ਹੋ ਸਕਦਾ ਯਾਨੀ ਕਿ ਉਸ ਤੋਂ ਘੱਟ ਹੀ ਚਿਕਲੋਮੋਟੋਰੇ ਮੰਨਿਆ ਜਾਂਦਾ ਆ। ਉਸ ਤੋਂ ਬਾਅਦ ਜਿਹੜਾ ਵਿਰੋਚਿਤਾ ਮਾਸੀਮਾ ਆ ਯਾਨੀ ਕਿ ਸਭ ਤੋਂ ਜਿਹੜੀ ਵੱਧ ਤੋਂ ਵੱਧ ਸਪੀਡ ਇੱਕ ਚਿਕਲੋਮੋਟੋਰੇ ਰੱਖ ਸਕਦਾ ਹੈ ਉਹ ਆ 45 km ਉਰਾੜੀ ਯਾਨੀ ਕਿ 45 km/h ਅਤੇ ਇਹਦਾ ਪੋਤੇਨਸਾ ਮਾਸੀਮਾ ਯਾਨੀ ਕਿ ਜਿਹੜੀ ਮੋਟਰ ਦੀ ਪਾਵਰ ਆ ਉਹ ਆ 6 kW।
Sul ciclomotore è possibile portare un passeggero solo se il conducente ha almeno 16 anni. Yani che il ciclomotore te ek passenger tusi bitha sakde ha sirf je conducente hunda jehda ki chala reha gaddi ya scooter ya jo vi ha jehda chalaunda ha drive karda ha onu conducente kende ha. O kam se kam 16 saal da ha. Te us to baad e se il ciclomotore è omologato per il trasporto del passeggero. Yani ki je ciclomotore jehda hai na ode vich tusi ek passenger bitha sakde ha. ਤੁਹਾਡੇ ਸਕੂਟਰ ਮੋਟਰਸਾਈਕਲ ਜਾਂ ਗੱਡੀ ਦੇ ਕੋਈ ਵੀ ਡਾਕੂਮੈਂਟ ਹੁੰਦੇ ਆ ਉੱਥੇ ਲਿਖਿਆ ਹੁੰਦਾ ਕਿ ਕਿੰਨੇ ਲੋਕ ਕਿੰਨੇ ਪੈਸੇਂਜਰ ਬੈਠ ਸਕਦੇ ਆ ਸਿਕਲੋਮੋਟੋਰੀ ਲਈ ਇਹ ਵੀ ਲਿਖਿਆ ਹੁੰਦਾ ਕਿ ਪਿੱਛੇ ਇੱਕ ਪੈਸੇਂਜਰ ਬੈਠ ਸਕਦਾ ਕਿ ਨਹੀਂ ਬੈਠ ਸਕਦਾ I ciclomotori sono soggetti alla revisione periodica dopo 4 anni dalla prima immatricolazione, poi ogni 2 anni. Già ciclomotori da revisione, revisione vi appare nel video, ci parlo anche che da motlapinga. O पहली बार 4 साल बाद होता है ते उस पे बाद हर 2 साल बाद रिविजन करवाना पैंता है ciclomotore का ते इस दे नाल रिलेटेड भी क्विज है जेडे कि हुण आपां देखांगे अज सब तो पहला देखांगे कि ciclomotore नाल जेडे ट्रू वाले क्विज होंगे वो केड़े आ इन्हां 5 क्विज़ा दे जवाब हमेशा वेरो होंगे सब तो पहला ई वेहीकुली आ दुए रुआते कुन मोटोरे टर्मिको फिन अ 50 सेंटीमीटर क्यूबी di cilindrata e velocità massima di 45 km orari sono ciclomotori. Yani che pure la prima sentence che abbiamo slide ci padya si oh ha. Jede ki vehicles de do tire ya ek jada motor ya oh 50 cm cubi tak ke cilindrata oda te velocità massima yani ki maximum speed 45 km orari ya oh ek ciclomotore ya te true ha. ਹੁਣ ਤੁਸੀਂ ਇਹ ਸੋਚੋਗੇ ਕਿ ਪਿਛਲੇ 'ਚ ਲਿਖਿਆ ਸੀਗਾ ਦੁਏ ਉਹ ਤਰੇ ਰੁਆਤੇ ਤੇ ਇਸ ਕੁਇਟਸ ਵਿੱਚ ਲਿਖਿਆ ਆ ਦੁਏ ਰੁਆਤੇ ਤੁਸੀਂ ਕੁਇਟਸ ਨੂੰ ਬਹੁਤ ਧਿਆਨ ਨਾਲ ਪੜ੍ਹਨਾ ਆ ਕਿਉਂਕਿ ਇੱਥੇ ਸਿਰਫ ਇੰਨਾ ਲਿਖਿਆ ਈ ਵੇਹੀਕਲ ਆ ਦੁਏ ਰੁਆਤੇ ਇਹ ਨਹੀਂ ਲਿਖਿਆ ਸੋਲੋ ਆ ਦੁਏ ਰੁਆਤੇ ਜਾਂ ਜਿਨ੍ਹਾਂ ਨੇ ਸਿਰਫ ਦੋ ਰੁਆਤੇ ਇੱਥੇ ਇਦਾਂ ਨਹੀਂ ਲਿਖਿਆ ਇੱਥੇ ਸਿਰਫ ਲਿਖਿਆ ਈ ਵੇਹੀਕਲ ਆ ਦੁਏ ਰੁਆਤੇ ਯਾਨੀ ਕਿ ਬਹੁਤ ਜਨਰਲੀ ਲਿਖਿਆ ਆ ਤੇ ਤੁਸੀਂ ਇਸ ਚੀਜ਼ ਤੇ ਧਿਆਨ ਦੇਣਾ ਆ ਕਿਉਂਕਿ ਇਸ ਦੀ ਵਜ੍ਹਾ ਨਾਲ ਕਿੰਨੇ ਕੁਇਟਸ ਤੁਹਾਡੇ ਗਲਤ ਵੀ ਹੋ ਸਕਦੇ ਇਸ ਕਰਕੇ ਜੇ ਤੁਸੀਂ ਪੂਰੇ ਸੈਂਟੈਂਸ ਨੂੰ ਚੰਗੀ ਤਰ੍ਹਾਂ ਸਮਝਣਾ ਪਹਿਲੋਂ ਤੇ ਦੇਖਣਾ ਉਹ 'ਚ ਕੀ ਲਿਖਿਆ ਆ ਇਹ ਵਾਲਾ ਜਿਹੜਾ ਸੈਂਟੈਂਸ ਹੈ ਟਰੂ ਆ ਕਿ ciclomotori possono avere due o tre ruote ਯਾਨੀ ਕਿ ਜਿਹੜੇ ciclomotori ਆ ਉਹਨਾਂ ਦੇ ਦੋ ਜਾਂ ਤਿੰਨ ਰੁਆਤੇ ਹੋ ਸਕਦੇ ਆ possono avere ਯਾਨੀ ਕਿ ਉਹਨਾਂ ਦੇ ਹੋ ਸਕਦੇ ਆ ਦੋ ਜਾਂ ਤਿੰਨ ਰੁਆਤੇ ਇਹ ਵੀ ਟਰੂ ਆ ਜਾਂ ਫਿਰ ਵੇਰੋ non tutti i veicoli a motore a due ruote vengono classificati ciclomotori. Yani ki sari ya vehicles jinna de do ruote a o sare ciclomotori nahi ho. Eh true a kyunki is video di shuruaat ch assi sab to pehla bicicletta dekhya siga jede ki do tire a par o ciclomotore nahi ho. Is karke eh vi true a vero a. I ciclomotori a due ruote non possono avere un motore termico di cilindrata superiore a 50 cm cubi. Yani ki jede ciclomotori a due ruote, do tire wale ciclomotori a, oho unna da jehda motor hai na, ohdi cilindrata 50 cm cubi to vadh nahi ho sakdi. Te vi true a jidda apa dekhe definition vich ke ek ciclomotore hunda hai jehda cilindrata 50 cm cubi to ghat hunda hai, is karke oh to vadh nahi ho sakda. Superiore da matlab hunda hai vadh, jyada. ਤੇ ਕੁਇਟਸ ਵਿੱਚ ਤੇ ਮੋਟੋਰੇ ਟਰਮੀਕੋ ਲਿਖਿਆ ਹੈ ਤੇ ਕੋਈ ਡਰਨ ਦੀ ਗੱਲ ਨਹੀਂ ਹੈ ਉਹ ਮੋਟਰ ਦੀ ਗੱਲ ਕਰਦੇ ਪਏ ਆ ਯਾਨੀ ਕਿ ਤੁਸੀਂ ਬਸ ਮੋਟੋਰੇ ਟਰਮੀਕੋ ਜਾਂ ਮੋਟੋਰੇ ਯਾਦ ਰੱਖਿਓ ਇੱਕ ਹੀ ਗੱਲ ਹੈ ਕੋਈ ਗੱਲ ਨਹੀਂ ਇਹ ਵੀ ਵੇਰੋ ਆ ਯਾਨੀ ਕਿ ਜਿਹੜੇ ਚਿਕਲੋਮੋਤਰੀ ਦੋ ਰੋਤੇ ਵਾਲੇ ਆ ਉਹਨਾਂ ਦਾ ਚਿਲਿੰਦਰਾ ਤਾਂ 50 ਸੈਂਟੀਮੀਟਰ ਕੂਬੀ ਤੋਂ ਵੱਧ ਨਹੀਂ ਹੋ ਸਕਦਾ ਉਸ ਤੋਂ ਬਾਅਦ ਈ ਚਿਕਲੋਮੋਤਰੀ ਸੋਨੋ ਸੁਜੈਟੀ ਅ ਰਿਵੀਜ਼ਨ ਦੋਪੋ 4 ਅਨਨੀ ਦਾਲਾ ਪ੍ਰੀਮਾ ਇਮਟ੍ਰਿਕੁਲਾਸੀਓਨੇ ਸੁਕਸੈਸਿਵਾਮੈਂਟੇ ਓਨੀ 2 ਅਨਨੀ ਯਾਨੀ ਕਿ ਜਿਹੜੇ ਚਿਕਲੋਮੋਟੋਰੀ ਉਹਨਾਂ ਦਾ ਜਿਹੜਾ ਰਿਵੀਜ਼ਨ ਹੁੰਦਾ ਪਹਿਲੇ ਮੈਟ੍ਰਿਕੁਲੇਸ਼ਨ ਤੋਂ ਬਾਅਦ 4 ਸਾਲ ਬਾਅਦ ਹੁੰਦਾ ਤੇ ਉਸ ਤੋਂ ਬਾਅਦ 2 ਸਾਲ ਬਾਅਦ ਇਸੇ ਪਿਛਲੇ 'ਚ ਦੇਖਿਆ ਸੀਗਾ ਇਹ ਸਹੀ ਆ ਇਹ ਵੀ ਟਰੂ ਆ ਫੇਰੋ ਆ ਹੁਣ ਅਸੀਂ ਉਹ ਦੇਖਾਂਗੇ ਕੁਇਸ ਜਿਹੜੇ ਫਾਲਸੋ ਹੁੰਦੇ ਆ ਸਭ ਤੋਂ ਪਹਿਲੇ ਇੱਥੇ ਲਿਖਿਆ ਹੈ ਈ ਚਿਕਲੋਮੋਟੋਰੀ ਨੋਨ ਆਨੋ ਪਿਊ ਦੀ ਦੁਏ ਰੋਤੇ ਯਾਨੀ ਕਿ ਜਿਹੜੇ ਚਿਕਲੋਮੋਟੋਰੀ ਆ ਉਹਨਾਂ ਦੇ ਦੋ ਰੋਤੇ ਤੋਂ ਵੱਧ ਨਹੀਂ ਹੁੰਦੇ ਇਹ ਫਾਲਸੋ ਆ ਇਹ ਫਾਲਸ ਆ ਕਿਉਂਕਿ ਅਸੀਂ ਅਬ ਦੇਖਿਆ ਹੈ
ਤੇ ਸਿਕਲੋ ਮੋਟੋਰੀਆ ਦੇ ਦੋ ਜਾਂ ਤਿੰਨ ਰੋਤੇ ਹੋ ਸਕਦੇ ਆ। ਪਿਓ ਦੀ ਦੋ ਰੋਤੇ ਹੁੰਦੇ ਆ ਦੋ ਰੋਤੇ ਤੋਂ ਵੱਧ। Le biciclette con pedalata assistita dotate di motore elettrico ausiliario di potenza massima fino a 0,25 kW sono definite ciclomotori. ਇਹ ਫਾਲਸ ਹੈ ਤੇ ਅਸੀਂ ਹੁਣ ਇਹਨੂੰ ਚੰਗੀ ਤਰ੍ਹਾਂ ਦੇਖਦੇ ਹਾਂ ਕਿ ਇਹਦਾ ਮਤਲਬ ਕੀ ਆ। ਇਸ ਲਈ ਕਿ ਜਿਹੜੇ ਬਿਸਿਕਲੇਟੇ ਆ ਜਿਹਨਾਂ ਦਾ ਪੈਦਾਵਾਤਾ ਸਿਸਟੀਤਾ ਆ ਤੇ ਉਹਨਾਂ ਦਾ ਯਾਨੀ ਕਿ ਮੋਟੋਰੇ ਇਲੈਕਟ੍ਰੀਕੋ ਲੱਗਿਆ ਇੱਕ ਇਲੈਕਟ੍ਰਿਕ ਮੋਟਰ ਲੱਗੀ ਹੋਆ ਤੇ ਜਿਹਨਾਂ ਦਾ ਪੋਟੈਂਸ਼ੀਆ ਮਾਸੀਮਾ ਜਿਹੜਾ ਆ ਮੈਕਸਿਮਮ ਪਾਵਰ ਆ ਉਹ 0,25 kW ਯਾਨੀ ਕਿ 0.25 kW ਆ ਉਹ ਇੱਕ ਚਿਕਲੋ ਮੋਟੋਰੇ 'ਚ ਆਉਂਦਾ ਆ ਤੇ ਇਹ ਹੈਗਾ ਫਾਲਸ ਕਿਉਂਕਿ ਅਸੀਂ ਦੇਖਿਆ ਸੀ ਜਿਹੜੇ ਬਿਸਿਕਲੇਟੇ ਕੋਲ ਪੈਦਾਲਾਤਾ ਸਿਸਟੀਤਾ ਹੁੰਦਾ ਆ ਤੇ ਉਹਨਾਂ ਦਾ ਪਾਵਰ ਜਿਹੜਾ ਮੋਟਰ ਦੀ ਹੁੰਦੀ ਆ ਉਹ 0.25 ਤੱਕ ਕਿਲੋਵਾਟ ਤੱਕ ਹੁੰਦੀ ਆ ਉਹ ਹਜੇ ਵੀ ਬਿਸਿਕਲੇਟੇ ਦੀ ਕੈਟੇਗਰੀ ਵਿੱਚ ਹੀ ਆਉਂਦੀਆਂ ਆ ਇਸ ਕਰਕੇ ਇਹ ਚਿਕਲੋ ਮੋਟੋਰੀ ਨਹੀਂ ਹੋ ਸਕਦੀ ਇਸ ਕਰਕੇ ਇਹ ਵਾਲਾ ਫਾਲਸ ਆ ਫਾਲਸ ਆ। ਉਸ ਤੋਂ ਬਾਅਦ ਅਸੀਂ ਦੇਖਾਂਗੇ ਸੀ ਡੈਫੀਨਿਸਕੋ ਚਿਕਲੋ ਮੋਟੋਰੀ ਟੂਤੀ ਵਹੀਕਲੀ ਆ ਦੂਏ ਰੋਤੇ ਦੀ ਸਿਲਿੰਦਰਾਤਾ ਸੁਪੇਰੀਓਰ ਆ 50 cm³। ਇਹ ਵਾਲਾ ਵੀ ਫਾਲਸ ਆ ਕਿਉਂਕਿ ਇੱਥੇ ਲਿਖਿਆ ਕਿ ਚਿਕਲੋਮੋਟੋਰੀ ਉਹ ਸਾਰੇ ਵਹੀਕਲਸ ਹੁੰਦੇ ਆ ਜਿਹਨਾਂ ਦੇ ਡੋਰ ਟਾਇਰ ਆ ਤੇ ਜਿਹੜਾ ਸਿਲਿੰਦਰਾਤਾ ਉਹ 50 cm³ ਤੋਂ ਵੱਧ ਹੁੰਦਾ। ਅਸੀਂ ਦੇਖਿਆ ਕਿ 50 cm³ ਤੋਂ ਘੱਟ ਵਾਲੇ ਜਿਹੜੇ ਹੁੰਦੇ ਆ ਉਹ ਚਿਕਲੋਮੋਟੋਰੀ ਹੁੰਦੇ ਆ। ਟੁੱਤੀ ਦਾ ਮਤਲਬ ਹੁੰਦਾ ਸਾਰੇ ਤੇ ਇਹ ਟੁੱਤੀ ਨੂੰ ਤੁਸੀਂ ਨਾ ਬਹੁਤ ਧਿਆਨ ਨਾਲ ਕੁਇਜ਼ ਵਿੱਚ ਪੜ੍ਹਨਾ ਕਿਉਂਕਿ ਟੁੱਤੀ ਦੀ ਵਜ੍ਹਾ ਨਾਲ ਕਈ ਵਾਰ ਤੁਹਾਨੂੰ ਕੋਈ ਕੁਇਜ਼ 'ਚ ਪ੍ਰੋਬਲਮ ਆ ਸਕਦੀ ਆ। ਤੁਸੀਂ ਧਿਆਨ ਰੱਖਣਾ ਕਿ ਜੇ ਟੁੱਤੀ ਆ ਕਿ ਸਾਰੀਆਂ ਚੀਜ਼ਾਂ ਬਾਕੀ ਇਹ ਗੱਲ ਸਹੀ ਹੈ ਜਾਂ ਨਹੀਂ ਸਹੀ। ਉਸ ਤੋਂ ਬਾਅਦ ਅਸੀਂ ਦੇਖਾਂਗੇ ਈ ਚਿਕਲੋਮੋਟੋਰੀ ਪਰ ਐਸਰੇ ਡੈਫੀਨਿਟੀ ਤਾਲੀ ਦੇਵੋ ਨਾ ਐਸਰੇ ਮੁਨੀਤੀ ਦੀ ਕਾਮਜੋ ਮਨੁਆਲੇ ਕਾਮਜੋ ਮਨੁਆਲੇ ਹੁੰਦੇ ਆ ਮੈਨੂਅਲ ਗੇਅਰ। ਇਹ ਤਰੀਕਾ ਕਿ ਜੇ ਚਿਕਲੋਮੋਟੋਰੀ ਜਿਹੜੇ ਆ ਉਹਨਾਂ ਨੂੰ ਚਿਕਲੋਮੋਟੋਰੀ ਕਹਿਣ ਨੂੰ ਪਰ ਐਸਰੇ ਡੈਫੀਨਿਟੀ ਤਾਲੀ ਯਾਨੀ ਕਿ ਉਹ ਚਿਕਲੋਮੋਟੋਰੀ ਆ ਮੁਨੀਤੀ ਹੁੰਦਾ ਕਿ ਉਹਨਾਂ ਵਿੱਚ ਹੋਣਾ ਚਾਹੀਦਾ ਨਾ ਉਹਨਾਂ ਕੋਲ ਹੈਗੀ ਆ ਕਾਮਜੋ ਮਨੁਆਲੇ ਯਾਨੀ ਕਿ ਉਹਨਾਂ ਕੋਲ ਕਾਮਜੋ ਮਨੁਆਲੇ ਹੋਣਾ ਚਾਹੀਦਾ ਇੱਕ ਚਿਕਲੋਮੋਟੋਰੀ ਹੋਣ ਲਈ। ਇਹ ਫਾਲਸ ਆ ਕਿਉਂਕਿ ਜ਼ਰੂਰੀ ਨਹੀਂ ਕਿ ਕਾਮਬਿਓ ਮਨੁਆਲੇ ਹੋਵੇ ਚਿਕਲੋਮੋਟੋਰੀ ਤੇ ਬਿਨਾਂ ਤੋਂ ਵੀ ਚਿਕਲੋਮੋਟੋਰੀ ਹੁੰਦਾ ਆ। ਇੱਕ ਹੋਰ ਮੈਂ ਤੁਹਾਨੂੰ ਇੱਕ ਟਿਪ ਦਿੰਦੀ ਹਾਂ ਜਿਹੜੀ ਚੀਜ਼ ਥਿਊਰੀ ਵਿੱਚ ਤੁਸੀਂ ਕਦੀ ਨਹੀਂ ਪੜ੍ਹੀ ਨਾ ਕਦੀ ਨਹੀਂ ਸੁਣਿਆ ਇਸ ਬਾਰੇ ਉਹਨੂੰ ਤੁਸੀਂ ਹਮੇਸ਼ਾ ਫਾਲਸੋ ਲਾਓਗੇ। ਜੇ ਤੁਸੀਂ ਨਹੀਂ ਵੀ ਸ਼ੋਰ ਨਾ ਤੁਸੀਂ ਫਾਲਸੋ ਲਾਓਗੇ ਕਿਉਂਕਿ ਜ਼ਿਆਦਾਤਰ ਕੀ ਹੁੰਦਾ ਜੇ ਤੁਸੀਂ ਕੋਈ ਚੀਜ਼ ਨਹੀਂ ਸੁਣੀ ਤੁਸੀਂ ਆਟੋਮੈਟਿਕਲੀ ਇਹ ਕਹਿ ਸਕਦੇ ਜੇ ਮੈਂ ਸੁਣੀ ਨਹੀਂ ਤੇ ਹੋ ਸਕਦਾ ਕਿ ਇਹ ਚੀਜ਼ ਵੇਰੋ ਹੀ ਨਾ ਹੋਵੇ ਇਹ ਯਾਨੀ ਕਿ ਫਾਲਸੋ ਹੋਵੇ। ਇੱਕ ਚੰਗਾ ਤਰੀਕਾ ਆ ਕੋਈ ਵੀ ਜਿਹੜਾ ਕੁਇਜ਼ ਤੁਹਾਨੂੰ ਕੋਈ ਤੰਗੀ ਦੇ ਰਿਹਾ ਆ ਉਹਨੂੰ ਤੁਸੀਂ ਸਹੀ ਕਰ ਸਕਦੇ ਇੱਦਾਂ। ਉਸ ਤੋਂ ਬਾਅਦ ਅਸੀਂ ਦੇਖਾਂਗੇ ਈ ਚਿਕਲੋਮੋਟੋਰੀ ਪੋਸੋਨੋ ਸਿਰਕੋਲਾਰੇ ਆ ਲਾ ਵੇਲੋਸਿਟਾ ਦੀ 60 km/h ਫੋਰੀ ਦੇ ਚੇਂਤਰੀ ਉਰਬਾਨੀ। ਇਹ ਵਾਲਾ ਜਿਹੜਾ ਕੁਇਜ਼ ਹੈ ਇਹ ਵੀ ਤੁਸੀਂ ਕਦੀ ਨਹੀਂ ਸੁਣਿਆ ਹੋਊਗਾ ਪਰ ਤੁਸੀਂ ਇਹ 'ਚ ਨਾ ਇੱਕ ਚੀਜ਼ ਸੋਚ ਕੇ ਇਹ ਸਹੀ ਕਰ ਸਕਦੇ ਆ। ਇੱਥੇ ਇਹ ਲਿਖਿਆ ਕਿ ਜਿਹੜੇ ਚਿਕਲੋਮੋਟੋਰੀ ਆ ਉਹ 60 ਦੀ ਸਪੀਡ ਤੇ ਜਾ ਸਕਦੇ ਆ ਫੋਰੀ ਦੇ ਚੇਂਤਰੀ ਉਰਬਾਨੀ ਯਾਨੀ ਕਿ ਸ਼ਹਿਰ ਤੋਂ ਬਾਹਰ। ਹੁਣ ਅਸੀਂ ਇਹ ਪੜ੍ਹਿਆ ਆ ਕਿ ਚਿਕਲੋਮੋਟੋਰੀ ਜਿਹੜੇ ਹੁੰਦੇ ਆ ਉਹ ਉਹਨਾਂ ਦੀ ਸਪੀਡ ਜਿਹੜੀ ਉਹ 45 ਕਿਲੋਮੀਟਰ ਯਾਨੀ ਕਿ 45 km/h ਤੋਂ ਵੱਧ ਨਹੀਂ ਹੁੰਦੀ ਤੇ ਆਟੋਮੈਟਿਕਲੀ ਤੁਸੀਂ ਇਹ ਸੋਚੋਗੇ ਕਿ 60 ਦੀ ਸਪੀਡ ਤੇ ਉਹ ਕਿੱਦਾਂ ਪਹੁੰਚੂਗੇ। ਇਸ ਕਰਕੇ ਇਹ ਵਾਲਾ ਜਿਹੜਾ ਸੈਂਟੈਂਸ ਹੈ ਫਾਲਸ ਆ ਇਹ ਫਾਲਸ ਆ। ਹੁਣ ਅਸੀਂ ਦੇਖਾਂਗੇ ਈ ਚਿਕਲੋਮੋਟੋਰੀ ਨੋਨ ਸੋਨੋ ਸੁਜੈਤੀਆ ਰਿਵੀਜ਼ਨ ਪੀਰੀਓਡਿਕਾ। ਇਹਦਾ ਮਤਲਬ ਇਹ ਆ ਕਿ ਚਿਕਲੋਮੋਟੋਰੀ ਦਾ ਜਿਹੜਾ ਰਿਵੀਜ਼ਨ ਪੀਰੀਓਡਿਕਾ ਹੁੰਦਾ ਆ ਰਿਵੀਜ਼ਨ ਹਰ ਟਾਈਮ ਬਾਅਦ ਹੁੰਦਾ ਉਹਨਾਂ ਦਾ ਨਹੀਂ ਹੁੰਦਾ ਨੋਨ ਸੋਨੋ ਸੁਜੈਕਟ ਯਾਨੀ ਕਿ ਉਹਨਾਂ ਦਾ ਨਹੀਂ ਹੁੰਦਾ ਰਿਵੀਜ਼ਨ ਜਿਹੜਾ ਆ ਇਹ ਫਾਲਸ ਆ ਕਿਉਂਕਿ ਅਸੀਂ ਇਹ ਦੇਖਿਆ ਕਿ ਜਿਹੜਾ ਚਿਕਲੋਮੋਟੋਰੀ ਦਾ ਰਿਵੀਜ਼ਨ ਹੁੰਦਾ ਉਹ ਪਹਿਲੀ ਵਾਰ ਤੋਂ 4 ਸਾਲ ਬਾਅਦ ਤੇ ਉਸ ਤੋਂ ਬਾਅਦ ਹਰ 2 ਸਾਲ ਬਾਅਦ ਹੁੰਦਾ ਆ। ਹੁਣ ਅਸੀਂ ਦੇਖਾਂਗੇ ਮੋਟੋਚਿਕਲੋ ਐ ਉਹ ਵਹੀਕਲ ਆ ਮੋਟੋਰੇ ਆ ਦੂਏ ਰੋਤੇ ਕੋਨ ਸਿਲਿੰਦਰਾਤਾ ਸੁਪੇਰੀਓਰੇ ਆਈ 50 cm³ ਏ ਵੇਲੋਸਿਟਾ ਸੁਪੇਰੀਓਰੇ ਆ 45 km/h può essere dotato di cambio meccanico generalmente a pedale o automatico. ਹੁਣ ਅਸੀਂ ਇਹਦਾ ਮਤਲਬ ਪੜਾਂਗੇ ਸਭ ਤੋਂ ਪਹਿਲਾਂ ਕਿ ਇਹ ਜਿਹੜਾ ਮੋਟੋਚਿਕਲੋ ਆ ਉਹ ਇੱਕ ਐਸਾ ਵਹੀਕਲ ਹੈ ਜਿਹੜਾ ਕਿ ਮੋਟਰ ਨਾਲ ਚੱਲਦਾ ਹੈ ਤੇ ਦੋ ਟਾਇਰ ਆ ਤੇ ਸਿਲਿੰਦਰਾਤਾ ਜਿਹੜਾ ਆ ਉਹ ਆ 50 cm³ ਤੋਂ ਵੱਧ ਸੁਪੀਰੀਅਰ ਹੁੰਦਾ ਵੱਧ ਤੇ ਜਿਹੜਾ ਵੀ ਉਚਿਤ ਆ ਉਹ ਵੀ 45 ਕਿਲੋਮੀਟਰ ਤੋਂ ਵੱਧ ਹੈ ਇਹਦਾ।
ਹੁੰਦਾ। ਇਹਦਾ ਜਿਹੜਾ ਕਾਂਬੀ ਉਹ ਮਕੈਨਿਕ ਹੋ ਸਕਦਾ, ਉਹ ਜ਼ਿਆਦਾਤਰ ਪੈਡਲਾਂ ਵਿੱਚ ਹੁੰਦਾ ਆ ਅਤੇ ਜਾਂ ਆਟੋਮੈਟਿਕ ਹੋ ਸਕਦਾ ਹੈ। Anche i motociclisti sono soggetti alla revisione periodica dopo 4 anni dalla prima immatricolazione, poi dopo ogni 2 anni. E vi devono dare revisione se un ciclomotore va per il quarto valore, quarto valore, quinto valore, quarto valore. Se vi chiedete una cosa molto importante, qui sto a vedere sidecar e tricicli. E devo essere sicuro che qui switch ਬਹੁਤ ਆਉਂਦੀਆਂ ਹਨ ਅਤੇ ਇਹ ਜ਼ਿਆਦਾਤਰ ਕੰਫਿਊਜ਼ਨ ਕ੍ਰੀਏਟ ਕਰ ਸਕਦੇ ਹਾਂ ਅਤੇ ਅਸੀਂ ਬਾਅਦ 'ਚ ਦੇਖਾਂਗੇ ਕੁਇਜ਼ ਤੋਂ ਬਾਅਦ। ਹੁਣ ਅਸੀਂ ਮੋਟਰਸਾਈਕਲ ਦੇ ਕੁਇਜ਼ ਪੜ੍ਹਾਂਗੇ। ਪਹਿਲਾਂ ਦੇਖਾਂਗੇ ਵੇਰੀ ਜਿਹੜੇ ਹੁੰਦੇ ਆ ਹਮੇਸ਼ਾ ਉਹ ਕਿਹੜੇ ਆ। ਸਭ ਤੋਂ ਪਹਿਲਾਂ ਈ ਮੋਟਰਸਾਈਕਲ ਸੋਨੋ ਵਹੀਕਲ ਆ ਦੂਏ ਰੁਆਤੇ ਵੇਰੋ, ਯਾਨੀ ਕਿ ਜਿਹੜੇ ਮੋਟਰਸਾਈਕਲ ਆ ਉਹ ਐਸੇ ਵਹੀਕਲ ਆ ਜਿਹਨਾਂ ਦੇ ਦੋ ਟਾਇਰ ਆ, ਇਹ ਸਹੀ ਆ। ਈ ਮੋਟਰਸਾਈਕਲ ਹਨ ਸਿਲਿੰਡਰਾਤਾ ਸੁਪੀਰੀਅਰ ਆ 50 ਸੈਂਟੀਮੀਟਰ ਕੂਬੀ, ਯਾਨੀ ਕਿ ਜਿਹੜੇ ਮੋਟਰਸਾਈਕਲ ਇਹਨਾਂ ਦਾ ਜਿਹੜਾ ਸਿਲਿੰਡਰਾਤਾ ਹੁੰਦਾ ਆ ਉਹ 50 ਸੈਂਟੀਮੀਟਰ ਕੂਬੀ ਤੋਂ ਵੱਧ ਹੁੰਦਾ, ਸੁਪੀਰੀਅਰੇ ਵੱਧ। ਇਹ ਸਿਕਲੋਮੋਟੋਰੀ ਨੋਨ ਰੀਐਂਟਰਨੋ ਨੇਲਾ ਕੈਟੇਗੋਰੀਆ ਦੇ ਮੋਟਰਸਾਈਕਲ, ਇਹ ਵੀ ਟਰੂ ਆ। ਇੱਥੇ ਲਿਖਿਆ ਕਿ ਜਿਹੜੇ ਸਿਕਲੋਮੋਟੋਰੀ ਆ ਜਿਹੜੇ ਆਪਾਂ ਪਹਿਲਾਂ ਦੇਖੇ ਸੀ ਉਹ ਮੋਟਰਸਾਈਕਲ ਦੇ ਵਿੱਚ ਨਹੀਂ ਆਉਂਦੇ, ਇਹ ਵੇਰੋ ਆ, ਕਿਉਂਕਿ ਜਿਹੜੇ ਸਿਕਲੋਮੋਟੋਰੀ ਹੁੰਦੇ ਆ ਉਹਨਾਂ ਦੇ ਡੈਫੀਨੇਸ਼ਨ ਅਲੱਗ ਹੁੰਦੇ ਆ ਅਤੇ ਮੋਟਰਸਾਈਕਲ ਦੇ ਅਲੱਗ ਹੁੰਦੇ ਆ। I motocicli possono essere dotati di cambio automatico, e vi vero si dice che il motociclo ha cambio automatico. I motocicli sono soggetti a revisione dopo 4 anni dalla prima immatricolazione, successivamente ogni 2 anni. E vi vero ai semplici ciclomotori li vi india, te a sepello vi dicchio. Yani che la revisione per il quarto va 4 salvad hunda te ostovad har 2 salvad hunda. ਹੁਣ ਦੇਖਾਂਗੇ ਅਸੀਂ ਉਹ ਵਾਲੇ ਕੁਇਜ਼ ਜਿਹੜੇ ਹਮੇਸ਼ਾ ਫਾਲਸ ਯਾਨੀ ਕਿ ਫਾਲਸ ਹੁੰਦੇ ਆ। ਟੁੱਟੀ ਵਹੀਕਲ ਜਾਂ ਮੋਟੋਰੇ ਕੋਨ ਟ੍ਰੈ ਰੁਆਤੇ ਸੋਨੋ ਦੇ ਮੋਟਰਸਾਈਕਲ, ਇਹ ਫਾਲਸ ਆ। ਇੱਥੇ ਲਿਖਿਆ ਕਿ ਹਰ ਵਹੀਕਲ ਜਿਹਦੇ ਕਿ 3 ਟਾਇਰ ਆ ਉਹ ਮੋਟਰਸਾਈਕਲ ਆ, ਇਹ ਫਾਲਸ ਆ। ਅਸੀਂ ਅੱਗੇ ਜਾ ਕੇ ਦੇਖਾਂਗੇ ਕਿ ਇਹ ਕਾਤੇ ਫਾਲਸ ਆ। ਇਹ ਮੋਟਰਸਾਈਕਲ ਸੋਨੋ ਵਹੀਕਲ ਜਾਂ ਮੋਟੋਰੇ ਕੋਨ ਪਿਊ ਦੀ 2 ਰੁਆਤੇ, ਇਹ ਵੀ ਫਾਲਸੇ ਤੇ ਲਿਖਿਆ ਕਿ ਜਿਹੜੇ ਮੋਟਰਸਾਈਕਲ ਹੁੰਦੇ ਉਹ ਐਸੇ ਵਹੀਕਲ ਹੁੰਦੇ ਜਿਹਨਾਂ ਦੇ 2 ਤੋਂ ਵੱਧ ਰੁਆਤੇ ਹੁੰਦੇ ਆ, ਇਹ ਵੀ ਫਾਲਸ ਆ। ਸੀ ਲਿਖਿਆ ਉਹ 2 ਰੁਆਤੇ ਵਾਲੇ ਹੁੰਦੇ ਆ। ਇਹ ਮੋਟਰਸਾਈਕਲ ਐ ਉਹ ਕੁਆਲੂੰਕੋ ਵਹੀਕਲ ਆ 2 ਰੁਆਤੇ, ਇੱਥੇ ਲਿਖਿਆ ਕਿ ਮੋਟਰਸਾਈਕਲ ਕੁਆਲੂੰਕੋ ਹੁੰਦਾ ਕੋਈ ਵੀ ਵਹੀਕਲ ਆ ਜਿਹੜੇ 2 ਟਾਇਰ ਆ, ਇਹ ਵੀ ਗਲਤ ਹੈ ਕਿਉਂਕਿ ਅਸੀਂ ਇਸ ਤੋਂ ਪਹਿਲਾਂ ਇੱਕ ਬਿਚਿਕਲਿਤੇ ਪੜ੍ਹ ਚੁੱਕੇ ਹਾਂ ਅਤੇ ਸਿਕਲੋ ਮੋਟੋਰੀ ਪੜ੍ਹ ਚੁੱਕੇ ਹਾਂ ਜਿਹੜੇ ਕਿ ਮੋਟਰਸਾਈਕਲ ਨਹੀਂ ਹੁੰਦੇ ਅਤੇ ਜਿਹਨਾਂ ਦੇ 2 ਟਾਇਰ ਹੁੰਦੇ ਆ। Si definiscono motocicli solo i veicoli a 2 ruote di cilindrata fino a 125 centimetri cubi. Yani che dire motocicli a o se veicoli a generale 2 ruote a te la cilindrata a o 125 centimetri cubi da che a. Un è falso, a conche si idda gal kari kitti ni motocicli li che di maximum cilindrata kinna a. Se es karke tu si esto ਸੋਚ ਕੇ ਕਹਿ ਸਕਦੇ ਕਿ ਇਹ ਵਾਲੀ ਅਸੀਂ ਗੱਲ ਕਰੀ ਸੁਣੀ ਨਹੀਂ, ਇਸ ਕਰਕੇ ਇਹ ਫਾਲਸ ਆ। ਅਸੀਂ ਇਹ ਸੁਣਿਆ ਕਿ ਕਿੰਨੇ ਤੋਂ ਵੱਧ ਹੁੰਦੇ ਆ, ਯਾਨੀ ਕਿ 50 ਸੈਂਟੀਮੀਟਰ ਕੂਬੀ ਤੋਂ ਵੱਧ ਹੁੰਦੇ ਆ, ਪਰ ਇਹ ਨਹੀਂ ਸੁਣਿਆ ਕਿ ਮੈਕਸੀਮਮ ਕਿੰਨਾ ਹੁੰਦਾ। ਇਸ ਕਰਕੇ ਜੇ ਤੁਹਾਨੂੰ ਕੋਈ ਇੱਦਾਂ ਦਾ ਕੁਝ ਸੁਣਦਾ ਹੈ ਤਾਂ ਉਹ ਫਾਲਸ ਆ। ਇਹ ਮੋਟਰਸਾਈਕਲ ਹਨ ਮੋਟੋਰੇ ਦੀ ਸਿਲਿੰਡਰਾਤਾ ਫਿਨੋ 50 ਸੈਂਟੀਮੀਟਰ ਕੂਬੀ ਇਹ ਸਵਿਰੂਪਾਂ ਨੂੰ ਉਹਨਾਂ ਵੇਲੋਚਿਤਾ ਫਿਨੋ 45 ਕਿਲੋਮੀਟਰ ਹਰਾਰੀ, ਇਹ ਵੀ ਫਾਲਸ ਆ। ਕਿਉਂਕਿ ਇਹ ਜਿਹੜਾ ਡੈਫੀਨੇਸ਼ਨ ਜੇ ਅਸੀਂ ਚੰਗੀ ਤਰ੍ਹਾਂ ਪੜ੍ਹਾਂਗੇ ਇੱਥੇ ਲਿਖਿਆ ਕਿ ਮੋਟਰਸਾਈਕਲ ਜਿਹੜੇ ਆ ਉਹਨਾਂ ਦਾ ਮੋਟਰ ਜਿਹੜੀ ਹੁੰਦੀ ਆ ਉਹ ਹੁੰਦੀ ਹੈ 50 ਸੈਂਟੀਮੀਟਰ ਕੂਬੀ ਤੱਕ, ਅਤੇ ਜਿਹੜੀ ਵੇਲੋਸਿਟੀ ਆ ਉਹ 45 ਕਿਲੋਮੀਟਰ ਹਰਾਰੀ ਤੱਕ ਜਾ ਸਕਦੀ ਆ, ਅਤੇ ਇਹ ਫਾਲਸ ਹੈ ਕਿਉਂਕਿ ਜਿਹੜਾ ਡੈਫੀਨੇਸ਼ਨ ਹੈ ਅਸਲ 'ਚ ਸਿਕਲੋਮੋਟੋਰੀ ਲਈ ਆ, ਮੋਟਰਸਾਈਕਲ ਲਈ ਨਹੀਂ। ਇਸ ਕਰਕੇ ਇੱਕ ਹੋਰ ਚੀਜ਼, ਜਦੋਂ ਵੀ ਤੁਸੀਂ ਕੁਇਜ਼ ਕਰਦੇ ਆ ਨਾ ਸਿਕਲੋਮੋਟੋਰੀ ਤੇ ਮੋਟਰਸਾਈਕਲ ਨੂੰ ਤੁਸੀਂ ਚੰਗੀ ਤਰ੍ਹਾਂ ਆਪਣੇ ਦਿਮਾਗ 'ਚ ਰੱਖਣਾ ਕਿ ਇਹ 2 ਅਲੱਗ ਚੀਜ਼ਾਂ ਤੇ ਕਿਹੜੀ ਦਾ ਡੈਫੀਨੇਸ਼ਨ ਕਿਹੜਾ ਆ। Ai fini della circolazione i quadricicli leggeri sono assimilati ai motocicli. E falso ha. Assi quadricicli leggeri e si video vich padange, par tu se vi tyan ch rakh sakde ke haje tak assi quadricicli leggeri de bare gall nahi kiti motocicli vich, te is karke ke je dono vich nahi ikatthe kadi vi jodege te fir oh falso hoga. Hun assi dekhange tricicli a motore. Sono veicoli a motore a 3 ruote simmetriche con cilindrata superiore a 50 cm3 e velocità superiore a 45 km orari.
ਜਿਹੜੇ ਤ੍ਰਿਸ਼ਿਕਲੀ ਆ ਮੋਟੋਰੇ ਹੁੰਦੇ ਆ, ਇਹਨਾਂ ਦਾ ਜਿਹੜੇ ਰੁਆਤੇ ਹੁੰਦੇ ਸਿਮੈਟ੍ਰਿਕ ਹੁੰਦੇ ਆ। ਹੁਣ ਅਸੀਂ ਇਹ ਵੀ ਪੜਾਂਗੇ ਕਿ ਰੁਆਤੇ ਸਿਮੈਟ੍ਰਿਕ ਦਾ ਮਤਲਬ ਕੀ ਹੁੰਦਾ ਆ। ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਚਿਲਿੰਦਰਾਤਾ ਸੁਪੀਰੀਅਰ ਆ ਚਿੰਕਵੰਤਾ ਚਿੰਤੀਮੇਤਰੀ ਕੂਬੀ, ਯਾਨੀ ਕਿ ਜਿਹੜਾ ਚਿਲਿੰਦਰਾਤਾ ਆ ਉਹ ਚਿੰਕਵੰਤਾ ਚਿੰਤੀਮੇਤਰੀ ਕੂਬੀ ਤੋਂ ਵੱਧ ਆ ਸੁਪੀਰੀਅਰ, ਯਾਨੀ ਕਿ ਵੱਧ। ਤੇ ਜਿਹੜਾ ਵਿਰੋਚਿਤਾ ਆ 45.5 ਕਿਲੋਮੀਟਰ ਰੇਡੀ ਤੋਂ ਵੱਧ ਆ ਸੁਪੀਰੀਅਰ ਆ। ਇਸ ਤਰੀਕੇ ਬਿਜ਼ੋਨੀਆ ਸਤਾਰਿਆ 33, ਯਾਨੀ ਕਿ ਧਿਆਨ ਰੱਖਣਾ ਅਨਨੋਨ ਕੁੰਫੋਨ ਦੇ, ਕਿ ਤੁਸੀਂ ਇਹ ਚੀਜ਼ ਨਾ ਕੰਫਿਊਜ਼ ਕਰੋ। ਇਮੋਟੋਚਿਕਲੀ ਫਿਊਸਾਈਡਕਰ, ਯਾਨੀ ਕਿ ਜਿਹੜੇ ਮੋਟੋਚਿਕਲੀ ਨਾਲ ਇੱਕ ਸਾਈਡਕਰ ਹੁੰਦੀ ਆ, ਤੇ ਉਹ ਮੋਟੋਚਿਕਲੀ ਵਿੱਚ ਆਉਂਦੀ, ਜਿਹੜੀ ਸਾਈਡਕਰ ਉਹ ਮੋਟੋਚਿਕਲੀ ਵਿੱਚ ਆਉਂਦੀ ਆ। ਕੋਨੀ ਤ੍ਰਿਚਿਕਲੀ, ਅਸੀਂ ਇਹ ਕੁਇਜ਼ ਵਿੱਚ ਪੜਾਂਗੇ ਕਿ ਇਹ ਕਾਹਤੇ ਇੰਪੋਰਟੈਂਟ ਇਹ ਚੀਜ਼। ਆਂਕੇ ਤ੍ਰਿਚਿਕਲੀ ਸੋਨੋ ਸੁਜੈਤੇ ਆ ਰਿਵਿਜ਼ਨੇ ਪੀਰੀਓਡਿਕਾ ਦੋਪੋ 4 anni della prima immatricolazione, poi dopo ogni 2 anni. Ed è il same revisione del tricca same è nata per lì var 4 sal vad te os to vad har 2 sal vad. ਆ ਅਸੀਂ ਦੇਖਾਂਗੇ ਹੁਣ ਚੰਗੇ ਤਰੀਕੇ ਨਾਲ। ਜਿਹੜਾ ਹੈਗਾ ਲੈਫਟ ਤੇ, ਇਹ ਹੈਗੇ ਸਾਈਡ ਕਾਰ ਤੇ ਟਾਇਰ, ਤੁਸੀਂ ਦੇਖ ਸਕਦੇ ਜਿਹੜੇ ਉੱਪਰਲਾ ਤੇ ਜਿਹੜਾ ਕਿੱਥੇ ਜੋੜੇ ਹੋ, ਉਹ ਹੈਗੇ ਮੋਟਰਸਾਈਕਲ ਵਾਲੇ ਪਾਰਟ ਦੇ, ਮੋਟਰਸਾਈਕਲੋ ਵਾਲੇ ਪਾਰਟ ਦੇ, ਤੇ ਜਿਹੜਾ ਨਾਲ ਦਾ ਉਹ ਸਾਈਡ ਕਾਰ ਦਾ ਟਾਇਰ ਆ, ਤੇ ਸਿਮੈਟ੍ਰਿਕੋ ਨਹੀਂ ਹੋ। ਜਿਹੜਾ ਨਾਲ ਦਾ ਆ ਉਹ ਜਿਹੜੇ 3 ਟਾਇਰ ਹੁੰਦੇ ਇੱਕ ਤ੍ਰਿਚੀਕਲੋ ਮੋਟੋਰੇ ਦੇ, ਉਹ ਸਿਮੈਟ੍ਰਿਕ ਆ, ਯਾਨੀ ਕਿ ਤੁਸੀਂ ਦੇਖ ਸਕਦੇ ਹੋ ਕਿੱਦਾਂ ਇੱਕ ਦੂਜੇ ਨਾਲ ਅਟੈਚਡ ਆ ਨਾ। ਇਹ ਸਿਮੈਟ੍ਰਿਕ ਉਹ ਇਦਾਂ ਹੁੰਦਾ ਟਾਇਰ, ਜਿਹੜਾ 3 ਰੋ ਤੇ ਸਿਮੈਟ੍ਰਿਕ ਹੈ, ਤੇ ਇਹ ਹੁੰਦੇ ਸਿਰਫ ਤ੍ਰਿਚੀਕੁਲਾ ਮੋਟੋਰੇ ਦੇ ਸਾਈਡ ਕਾਰ ਦੇ ਨਹੀਂ। ਹੁਣ ਅਸੀਂ ਇਹਨਾਂ ਦੇ ਕੁਇਜ਼ ਸਿੱਖਾਂਗੇ ਤ੍ਰਿਚੀਕਲੀਆ ਮੋਟੋਰੇ ਦੇ। ਸਭ ਤੋਂ ਪਹਿਲਾਂ ਇਹ ਤ੍ਰਿਚੀਕਲੀਆ ਮੋਟੋਰੇ ਸੋਨੋ ਵਹੀਕੁਲੀਆ ਮੋਟੋਰੇ ਆ 3 ਰੋ ਤੇ ਸਿਮੈਟ੍ਰਿਕ ਹੈ, ਯਾਨੀ ਕਿ ਜਿਹੜੇ ਤ੍ਰਿਚੀਕਲੀ ਆ ਮੋਟੋਰੇ ਹੁੰਦੇ ਆ ਉਹ ਹੁੰਦੇ ਆ ਵਹੀਕੁਲੀ ਮੋਟਰ ਵਾਲੇ, ਜਿਹਨਾਂ ਦੇ 3 ਰੋ ਤੇ ਸਿਮੈਟ੍ਰਿਕ ਆ, ਤੇ ਇਹ ਵੇਰੋ ਆ। I tricicli a motore sono veicoli con motore di cilindrata superiore a 50 cm cubi. E vi vero che anche la cilindrata è 50 cm cubi per hundate. Pare sia teoria. I tricicli a motore sono veicoli a motore aventi una velocità massima per costruzione superiore a 45 km/h. E te che li chiede? Pella parte socca, i tricicli a motore sono veicoli a motore, yani che tricicli a motore, esse veicoli a motor nal chaldea, aventi una velocità massima, llena da velocità massima, maximum, per costruzione superiore a 45 km/h, yani che la velocità massima è nata, o 45 km/h superiore a vaddea, e vi vero a. I tricicli a motore sono soggetti a revisione dopo 4 anni dalla prima immatricolazione, successivamente ogni 2 anni. E vi siamo qui quiz barbar on da tricicli li via si, motocicli li via si, ciclomotori li via si. Tu si basta di ehi ci si adra che denke pili varto vad, char salvad, te osto vad, har do salvad revisione da ya. Te tu ade kinne sare quiz tirde o ekvari cic solvo jande ya. Te vi vero ha. ਹੁਣ ਅਸੀਂ ਦੇਖਾਂਗੇ ਫਾਲਸੀ, ਜਿਹੜੇ 4 ਆ ਫਾਲਸੀ, ਜਿਹੜੇ ਕਿ ਤ੍ਰਿਚਿਕਲੀ ਨਾਲ ਹੁੰਦੇ ਆ। ਇਹ ਤ੍ਰਿਚਿਕਲੀ ਆ ਮੋਟੋਰੇ ਸੋਨੋ ਵਹੀਕਲੀ ਆ ਮੋਟੋਰੇ ਕੇ ਪੋਸਨੋ ਐਸਰੇ ਕੰਡੋਤੇ ਸੈਂਸਾ ਪਾਟੈਂਟੇ, ਇਹ ਫਾਲਸ ਆ। ਇੱਥੇ ਲਿਖਿਆ ਕਿ ਜਿਹੜੇ ਤ੍ਰਿਚਿਕਲੀ ਆ ਮੋਟੋਰੇ ਆ ਉਹ ਐਸੇ ਵਹੀਕਲ ਆ ਮੋਟਰ ਵਾਲੇ ਜਿਹੜੇ ਕਿ ਬਿਨਾਂ ਲਾਇਸੈਂਸ ਤੋਂ, ਪਾਟੈਂਟੇ ਹੁੰਦਾ ਹੈ ਲਾਇਸੈਂਸ, ਤੋਂ ਚਲਾਏ ਜਾ ਸਕਦੇ, ਕੰਡੋਤੇ ਯਾਨੀ ਕਿ ਚਲਾਏ ਜਾ ਸਕਦੇ ਆ, ਤੇ ਫਾਲਸ ਆ ਕਿਉਂਕਿ ਇਹ ਲਈ ਵੀ ਲਾਇਸੈਂਸ ਚਾਹੀਦਾ ਆ। I tricicli a motore sono costituiti da un motociclo e un sidecar. E vi falso, anche se si dice che il sidecar è un motociclo plus sidecar, e che il sidecar è un triciclo, e che le ruote sono simmetriche, e che il sidecar non è un sidecar, e che è la stessa cosa, e che è falso. I tricicli a motore sono veicoli con motore di cilindrata inferiore a 50 cm cubi e aventi velocità massima per costruzione fino a 45 km/h. Gesù, non ti hanno il parangetri che è cilindrata inferiore a 50 cm cubi. Inferiore un da cut 50 cm cubi e aventi velocità massima, yani che speed di maximum è fino a 45 km/h, fino a yani ki utthe tak 45 km tak utto vadh nahi ja sakdi. E vi falso, kyunki jehda tricicla motore hunda
ਉਹਦਾ ਇੱਕ ਤਾਂ ਚਿਲਿੰਦਰਾ ਤਾਂ ਜਿਹੜਾ ਹੁੰਦਾ ਹੈ ਉਹ 50 cm³ ਤੋਂ ਵੱਧ ਹੁੰਦਾ ਹੈ, ਤੇ ਜਿਹੜੀ ਸਪੀਡ ਹੁੰਦੀ ਹੈ ਉਹ ਵੀ 45 km/h ਤੋਂ ਵੱਧ ਹੁੰਦੀ ਹੈ. I tricicli a motore non sono soggetti a revisione periodica. E vi falso, c'è l'idea che i tricicli a motore da revisione periodica non hunda. Jehda assi pehlo quiz dekhe si utthe likhya siga ke pehli var 4 saal baad te us to baad har 2 saal baad hunda revision, is karke ye bhi false hai. Hun assi dekhange quadricicli leggeri te us to baad quadricicli a motore. Pehlo assi dekhne quadricicli leggeri. Sono veicoli a motore di 4 ruote assimilati ai ciclomotori. E likhya ke jehde quadricicli leggeri hunde a eh aise veicoli jinna de 4 ruote hunde a ਤੇ ਅਸਿਮੀਲਾਟੀ ਹੁੰਦਾ ਸਿਮਿਲਰ ਆ ਸਿਕਲੋਮੋਟੋਰੀ ਦੇ ਨਾਲ, ਸਿਕਲੋਮੋਟੋਰੀ ਦੇ ਨਾਲ ਤੇ ਇਹਨਾਂ ਦਾ ਜਿਹੜਾ ਮਾਸਾ ਹੈ, ਮਾਸਾ ਹੁੰਦਾ ਭਾਰ, ਉਹ 425 kg, ਯਾਨੀ ਕਿ 425 kg ਤੋਂ ਵੱਧ ਨਹੀਂ ਹੁੰਦਾ, ਨੋਨ ਸੁਪੀਰੀਅਰ, ਉਸ ਤੋਂ ਵੱਧ ਨਹੀਂ ਹੁੰਦਾ. ਤੇ ਜਿਹੜਾ ਮੋਟੋਰ ਹੈ ਉਹ ਇਲੈਕਟ੍ਰਿਕ ਹੋ ਜੇ ਤੇ ਬੈਟਰੀ ਦੀ ਜਿਹੜਾ ਭਾਰ ਹੈ ਉਹ ਛੱਡ ਕੇ ਵੀ 425 kg ਤੋਂ ਵੱਧ ਨਹੀਂ ਹੁੰਦਾ. ਐਕਸਕਲੂਜ਼ਾ ਹੁੰਦਾ ਉਹਨੂੰ ਛੱਡ ਕੇ. Non possono superare i 45 km orari e se hanno un motore elettrico o diesel devono avere una potenza del motore pari o inferiore a 6 kW. Yani che inalla di speed ho 45 km orari to vadd nahi ho sakdi, te inalla di jehdi motor ho elettrico, yani che electric ya te ya fir diesel te chaldiyan ya, te ਇਹਨਾਂ ਦਾ ਜਿਹੜਾ ਪੋਟੈਂਸ਼ੀਅਲ ਜਿਹੜਾ ਮੋਟਰ ਆ, ਮੋਟਰ ਦੀ ਪਾਵਰ ਆ ਉਹ 6 ਕਿਲੋਵਾਟ ਦੇ ਬਰਾਬਰ ਜਾਂ ਉਸ ਤੋਂ ਘੱਟ ਹੋਣੀ ਚਾਹੀਦੀ ਆ. ਅੰਕ ਇਹ ਕੁਆਡਰੀਚਿਕਲੀ ਲੈਜੇਰੀ ਸੋ ਸੁਜੈਟੀ ਅਲਾ ਰਿਵੀਜ਼ਨ ਪੀਰੀਓਡਿਕਾ ਦੋਪੋ 4 ਅਨਨੀ ਦਾ ਪ੍ਰੀਮਾ ਮੈਟ੍ਰਿਕੁਲੇਸ਼ਨ ਪੋਈ ਦੋਪੋ ਅਨਨੀ 2 ਅਨਨੀ. ਇਹਨਾਂ ਦਾ ਵੀ ਰਿਵੀਜ਼ਨ ਜਿਹੜਾ ਉਹ ਸੇਮ ਤਰੀਕੇ ਨਾਲ, ਪਹਿਲੀ ਵਾਰ ਤੋਂ ਬਾਅਦ 4 ਸਾਲ ਬਾਅਦ ਤੇ ਉਸ ਤੋਂ ਬਾਅਦ ਹਰ 2 ਸਾਲ ਬਾਅਦ ਹੁੰਦਾ ਆ. ਹੁਣ ਅਸੀਂ ਦੇਖਾਂਗੇ ਕੁਆਡਰੀਚਿਕਲੀ ਆ ਮੋਟੋਰੇ ਤੇ ਉਸ ਤੋਂ ਬਾਅਦ ਇਹਨਾਂ ਦੇ ਕੁਝ ਪੜਾਂਗੇ. Sono veicoli a 4 ruote di massa a vuoto fino a 450 kg. Yani che evi 4 tyre wale vehicles ya jinna da bhar khali bhar bina koi cheez to 450 kg ho sakda hai. Te vich je samaan load kita hai fir eh 600 kg 600 kg tak inna da bhar ho sakda hai. E di potenza massima del motore di 15 kW. ਯਾਨੀ ਕਿ ਜਿਹੜਾ ਪੋਟੈਂਸ਼ੀਅਲ ਮੈਕਸਿਮਮ ਮੋਟਰ ਦਾ ਹੈ ਉਹ ਇਹਨਾਂ ਦਾ 15 kW ਤੱਕ ਹੋਊਗਾ, ਉਸ ਤੋਂ ਵੱਧ ਨਹੀਂ. ਫਿਰ ਕੰਦੂਰੇ ਕੁਆਡਰੀਚਿਕਲੀ ਆ ਮੋਟੋਰੇ ਨੋਨ ਲੈਜੇਰੀ ਨੋਨ ਐ ਸੁਫੀਸ਼ੀਐਂਟੇ ਇਲ ਸਰਟੀਫਿਕਾਟੋ ਦੀ ਇਦੋਨੇਤਾ ਅਲਾ ਗੁਇਦਾ ਦੇ ਚਿਕਲੋ ਮੋਟੋਰੇ. ਕੁਆਡਰੀਚਿਕਲੀ ਨੋਨ ਲੈਜੇਰੀ ਜਾਂ ਕੁਆਡਰੀਚਿਕਲੀ ਆ ਮੋਟੋਰੇ ਸੇਮ ਚੀਜ਼ ਹੁੰਦੀ ਆ. ਨੋਨ ਲੈਜੇਰੀ ਪਹਿਲੇ ਜਿਹੜੇ ਸੀਗੇ ਉਹ ਲੈਜੇਰੀ ਸੀ ਸਿਰਫ, ਉਹ ਚਲਾਉਣ ਨੂੰ ਤੁਹਾਨੂੰ ਸਿਰਫ ਸਰਟੀਫਿਕਾਟੋ ਦੀ ਦੁਨੇਤਾ ਲਾ ਗੁਇਦਾ ਦੇ ਚਿਕਲੋ ਮੋਟੋਰੇ ਨਹੀਂ ਕਾਫੀ. ਯਾਨੀ ਕਿ ਜੇ ਤੁਹਾਡੇ ਕੋਲ ਸਕੂਟਰ ਦਾ ਲਾਇਸੈਂਸ ਹੈ ਤੁਸੀਂ ਕੁਆਡਰੀ ਚਿਕਲੋ ਮੋਟੋਰੇ ਨਹੀਂ ਚਲਾ ਸਕਦੇ. ਵੈਸੇ ਜਿਹੜੇ ਜਿੰਨੇ ਵੀ ਪਤੇਂਤੇ ਆ ਜਿਹੜੇ ਤੁਹਾਨੂੰ ਸਟੱਡੀ ਕਰਨ ਨੂੰ ਚਾਹੀਦੇ ਆ ਕੁਇਜ਼ ਵਿੱਚ ਆਉਂਦੇ ਆ, ਉਹਨਾਂ ਤੇ ਇੱਕ ਅਲੱਗ ਵੀਡੀਓ ਬਣੂਗੀ ਤੇ ਉਹਨਾਂ ਸਾਰਿਆਂ ਵਿੱਚ ਵੀ ਆਹ ਚੀਜ਼ਾਂ ਦੁਹਰਾਈਆਂ ਜਾਣਗੀਆਂ, ਰਿਪੀਟ ਕੀਤੀਆਂ ਜਾਣਗੀਆਂ. ਉਸ ਤੋਂ ਬਾਅਦ ਸੋਨੋ ਕੰਸੀਡਰਾਤੀ ਕੁਆਡਰੀ ਚਿਕਲੀ ਅੰਕੇ ਕੁਆਡ. ਕੁਆਡ ਜਿਹੜੇ ਹੁੰਦੇ ਉਹ ਜਿਹੜੀ ਰਾਈਟ ਤੇ ਪਿਕਚਰ ਆ ਉਹ ਇੱਕ ਕੁਆਡ ਆ, ਤੇ ਇਹ ਵੀ ਇੱਕ ਕੁਆਡਰੀਚਿਕਲਾ ਮੋਟੋਰੇ ਕੰਸੀਡਰਾਰੇ ਕੀਤਾ ਜਾਂਦਾ, ਇਹ ਵੀ ਕੁਆਡਰੀਚਿਕਲਾ ਮੋਟੋਰੇ ਆ. ਅਸੀਂ ਹੁਣ ਪਹਿਲਾਂ ਦੇਖਾਂਗੇ ਕਿ ਟਰੂ ਵਾਲੇ ਜਿਹੜੇ ਆਨਸਰ ਉਹ ਕਿਹੜੇ ਆ. ਇੱਕ ਕੁਆਡਰੀਚਿਕਲੀ ਲੈਜੇਰੀ ਅਲਿਮੈਂਟਾਤੀ ਆ ਬੈਂਜ਼ੀਨਾ ਹਨ ਚਿਲਿੰਦਰਾਤੇ ਦੇ ਮੋਟੋਰੇ ਇਨਫੇਰੀਓਰੇ ਉਹ ਪਾਰੀ ਆ 50 cm³. ਇਹ ਵੇਰੋ ਆ, ਇਹ ਹੈਗੇ ਕੁਆਡਰੀਚਿਕਲੀ ਲੈਜੇਰੀ. ਤੇ ਜੇ ਤੁਸੀਂ ਯਾਦ ਰੱਖੋਗੇ ਅਸੀਂ ਇਹ ਕਿਹਾ ਸੀ ਕਿ ਜਿਹੜੇ ਕੁਆਡਰੀਚਿਕਲੀ ਲੈਜੇਰੀ ਹੁੰਦੇ ਆ ਉਹ ਚਿਕਲੋ ਮੋਟੋਰੀ ਦੇ ਸਿਮਿਲਰ ਹੁੰਦੇ ਆ, ਤੇ ਇਹਨਾਂ ਦਾ ਵੀ ਜਿਹੜਾ ਚਿਲਿੰਦਰਾਤਾ ਉਹ 50 cm³ ਤੋਂ ਘੱਟ ਹੁੰਦਾ ਆ. ਇਹ ਕੁਆਡਰੀਚਿਕਲੀ ਸੋਨੋ ਵੇਹੀਕਲ ਆ ਮੋਟੋਰੇ ਆ 4 ਰੁਆਤੇ. ਇਹ ਵੇਰੋ ਆ, ਇੱਥੇ ਇਹ ਲਿਖਿਆ ਕਿ ਜਿਹੜੇ ਕੁਆਡਰੀਚਿਕਲੀ ਹੁੰਦੇ ਆ ਉਹਨਾਂ ਦੇ 4 ਰੁਆਤੇ ਹੁੰਦੇ ਆ, ਯਾਨੀ ਕਿ 4 ਟਾਇਰ ਹੁੰਦੇ ਆ, ਤੇ ਵੇਰੋ ਆ. I quadricicli leggeri ai fini della circolazione sono assimilati ai ciclomotori. E se io si pello vede che si leggere quadricicli leggeri in dea o similar in dea ciclomotori de. La potenza dei quadricicli non leggeri è sempre inferiore o uguale a 15 kW. Yani che la potenza dei quadricicli non leggeri da, yani che i quadricicli a motore ਉਹਨਾਂ ਦਾ ਜਿਹੜਾ ਪਾਵਰ ਆ ਉਹ ਹਮੇਸ਼ਾ 15 ਕਿਲੋਵਾਟ ਦੇ ਬਰਾਬਰ ਜਾਂ ਉਸ ਤੋਂ ਘੱਟ ਹੋਊਗਾ. ਤੇ ਇਹ ਵੇਰੋ ਆ,
ਉਸ ਤੋਂ ਬਾਅਦ ਇਹ ਕੁਆਡਰੀਸਿਕਲੀ ਸੋਨੋ ਸਬਜੈਕਟ ਹੈ ਰਿਵੀਜ਼ਨ ਹੈ ਪੀਰੀਓਡਿਕਾ। ਇੱਥੇ ਲਿਖਿਆ ਕਿ ਜਿਹੜੀ ਕੁਆਡਰੀਸਿਕਲੀ ਹੈ ਨਾ ਇਹਨਾਂ ਦਾ ਰਿਵੀਜ਼ਨ ਹੈ ਪੀਰੀਓਡਿਕਾ ਹੁੰਦਾ ਆ ਤੇ ਇਹ ਵੇਰੋ ਆ। ਹੁਣ ਅਸੀਂ ਦੇਖਾਂਗੇ ਕਿ ਇਹਨਾਂ 'ਚ ਫਾਲਸੀ ਕਿਹੜੇ ਆ। ਜਿਹੜੇ ਕੁਆਡਰੀਸਿਕਲੀ ਨਾਲ ਫਾਲਸੀ ਆ ਇਹ ਜ਼ਿਆਦਾ ਆ ਤੇ ਅਸੀਂ ਇਹਨਾਂ ਨੂੰ ਧਿਆਨ ਨਾਲ ਪੜ੍ਹਾਂਗੇ। I quadricicli diversi da quelli leggeri possono essere guidati senza patente. E te ricca che dire quadricicli a dire che leggeri nei o giusto bina license tu ce la sarebbe. Te è false. Tu sei nei altri che cycle tu alava, ma che sarebbe già tu sei license nei ce la sarebbe o sto bina ni ce la sarebbe. I quadricicli non leggeri ai fini della circolazione sono equiparati ai ciclomotori. È falso, comunque se tu sei andando per lunghe triche quadricicli non leggeri, quindi che dire quadricicli a motore quindi a oho. E ti dico che dire quadricicli non leggeri a oho equiparati quindi similar che sei detto sì, assimilati, equiparati e che ci sia, ai ciclomotori, te è falso, comunque quadricicli non leggeri pare quindi a. Te oho ciclomotori te vangu nei quindi. È consentito sostituire il dispositivo di scarico dei quadricicli leggeri per aumentare la velocità massima, purché non si aumenti la cilindrata del motore. È falso. E te le leggi già perché li chiami e si parli anche già che, per un tak tu sei a dire che già quadricicli leggeri nel tuo nuovo esercizio non è parai gay. Quei dispositivo di scarico vare, già tu sei speed da sare, se è related, te o falso a estente. La guida dei quadricicli non leggeri è consentita già al compimento del 14° anno di età. È falso. Dunque, se vi do la sanzione, se parlate, se patente scooter, se si implica essere ciclomotori, vala, o se 14 anni di umor, tovate, carsate. Te oda nal, tu si vede quadricicli leggeri, un deo ce la sarete. ਪਰ ਤੁਸੀਂ ਕੁਆਡਰੀਸਿਕਲੀ ਨੋਨ ਲੈਜੇਰੀ ਨਹੀਂ ਚਲਾ ਸਕਦੇ ਤੇ ਇੱਥੇ ਲਿਖਿਆ ਹੈ ਕਿ ਜਿਹੜੇ ਕੁਆਡਰੀਸਿਕਲੀ ਨੋਨ ਲੈਜੇਰੀ ਆ ਉਹਨਾਂ ਦਾ ਗੁਈਦਾ ਜਿਹੜਾ ਯਾਨੀ ਕਿ ਉਹ ਉਹਨਾਂ ਦੀ ਡਰਾਈਵ ਜਿਹੜੀ ਉਹ ਤੁਸੀਂ ਕਰ ਸਕਦੇ ਆ 14° ਅਨੁ ਦੀ ਤਾਂ ਹੁੰਦਾ 14ਵਾਂ ਸਾਲ ਜਿਹੜਾ ਹੁੰਦਾ ਤੁਹਾਡਾ ਉਸ ਤੋਂ ਬਾਅਦ ਤੇ ਇਹ ਫਾਲਸ ਆ ਕਿਉਂਕਿ ਉਸ ਤੋਂ ਬਾਅਦ ਸਿਰਫ ਤੁਸੀਂ ਸਕੂਟਰ ਜਾਂ ਫਿਰ ਕੁਆਡਰੀਸਿਕਲ ਲੈਜੇਰੋ ਚਲਾ ਸਕਦੇ ਆ ਕੁਆਡਰੀਸਿਕਲ ਨੋਨ ਲੈਜੇਰੋ ਨਹੀਂ ਚਲਾ ਸਕਦੇ ਇਸ ਕਰਕੇ ਇਹ ਫਾਲਸ ਆ। I quadricicli non leggeri a manubrio o con carrozzeria aperta possono essere condotti senza casco. E falsa. Quadricicli non leggeri a manubrio, onda, direi che quad grip o scooter o motorcycle onda, te una da carrozzeria aperta, yani che scooter motorcycle te puoi ricoverne un deciso. ਉੱਦਾਂ ਅਪੈਰਤਾ ਹੈ ਕਰੋਸਰੀਆ ਯਾਨੀ ਕਿ ਖੁੱਲ੍ਹੇ ਹਵਾ 'ਚ ਆ ਅਤੇ ਉਹ ਬਿਨਾਂ ਕਾਸਕੋ ਕਾਸਕੋ ਹੁੰਦਾ ਹੈਲਮੇਟ ਬਿਨਾਂ ਕਾਸਕੋ ਤੋਂ ਚਲਾ ਸਕਦੇ ਅਤੇ ਇਹ ਫਾਲਸ ਆ ਕਿਉਂਕਿ ਜੇ ਕੋਈ ਚੀਜ਼ ਖੁੱਲ੍ਹੀ ਆ ਅਤੇ ਉਹ ਤੁਸੀਂ ਬਿਨਾਂ ਕਾਸਕੋ ਤੋਂ ਕਦੀ ਵੀ ਨਹੀਂ ਚਲਾ ਸਕਦੇ। ਐ ਕੋਨਸੈਂਟੀਟੋ ਆਮੈਂਟਾਰੇ ਲਾ ਚਿਲਿੰਦਰਾਤਾ ਦੇ ਕੁਆਡਰੀਸਿਕਲ ਲੈਜੇਰੀ ਪੁਰਕੇ ਨੋਨ ਸੇ ਆਮੈਂਟੀ ਲਾ ਵੇਲੋਸਿਟਾ। ਇਹ ਤਾਂ ਫਿਰ ਉਹੀ ਚੀਜ਼ ਲਿਖੀ ਆ ਕਿ ਜਿਹੜੇ ਕੁਆਡਰੀਸਿਕਲ ਲੈਜੇਰੀ ਦਾ ਚਿਲਿੰਦਰਾਤਾ ਆ ਉਹ ਤੁਸੀਂ ਵਧਾ ਸਕਦੇ ਆ ਬਸ ਵਿਰੋਚਿਤਾ ਨਾ ਵਧੇ ਇਹ ਚੀਜ਼ ਗੱਲ ਤੇ ਚੀਜ਼ ਤੁਸੀਂ ਕਰ ਨਹੀਂ ਸਕਦੇ ਫਾਲਸੋ ਆ। ਐ ਕੋਨਸੈਂਟੀਟੋ ਸਬਸਟੀਟੂਇਰੇ ਇਲ ਮੋਟੋਰੇ ਦੇਲ ਕੁਆਡਰੀਸਿਕਲੋ ਲੈਜੇਰੋ ਪਰ ਆਮੈਂਟਾਰੇ ਲਾ ਵਿਰੋਚਿਤਾ ਮਾਸਿਮਾ ਓਲਟਰੇ 45 ਕਿਲੋਮੀਟਰ ਆਰੀ। ਇਹ ਵੀ ਫਾਲਸੋ ਕਿਉਂਕਿ ਤੁਸੀਂ ਸਪੀਡ ਨਾਲ ਛੇੜਛਾੜ ਨਹੀਂ ਕਰ ਸਕਦੇ ਉਹਦੀ ਕੈਟੇਗਰੀ ਬਦਲ ਜੂਗੀ ਜੇ ਤੁਸੀਂ ਕੁਆਡਰੀਸਿਕਲੋ ਲੈਜੇਰੋ ਦੀ ਸਪੀਡ 45 ਕਿਲੋਮੀਟਰ ਆਰੀ ਤੋਂ ਵੱਧ ਕਰ ਦਿੰਦੇ ਆ ਨਾ ਤੇ ਇਸ ਕਰਕੇ ਇਹ ਚੀਜ਼ ਤੁਸੀਂ ਨਹੀਂ ਕਰ ਸਕਦੇ। ਉਦਾ ਐ ਕੰਸੈਂਟੀਟੋ ਦਾ ਮਤਲਬ ਹੁੰਦਾ ਹੈ ਕਿ ਇਜਾਜ਼ਤ ਹੈਗੀ ਆ ਇਹ ਚੀਜ਼ ਕਰਨ ਦੀ ਪਰ ਕੁਇਟਸ ਲਈ ਇਹ ਫਾਲਸੋ ਹੈ ਇਸ ਟਾਈਮ ਤੇ। ਇਕ ਕੁਆਡਰੀਸਿਕਲੀ ਨੋਨ ਸੋਨੋ ਸੁਜੈਕਟ ਹੈ ਰਿਵੀਜ਼ਨ ਹੈ ਪੀਰੀਓਡਿਕਾ ਇਹ ਵੀ ਫਾਲਸੋ ਹੈ। ਅਸੀਂ ਕਿੰਨੀ ਵਾਰ ਹੁਣ ਦੇਖਿਆ ਕਿ ਜਿਹੜੇ ਕੁਆਡਰੀਸਿਕਲੀ ਜਿਹੜੀ ਹੁੰਦੇ ਇੱਥੇ ਲਿਖਿਆ ਕਿ ਉਹਨਾਂ ਦਾ ਰਿਵੀਜ਼ਨ ਹੈ ਪੀਰੀਓਡਿਕਾ ਨਹੀਂ ਹੁੰਦਾ ਇਹ ਫਾਲਸੋ ਆ। ਅੱਜ ਦੇ ਅਸੀਂ ਜਿੰਨੇ ਵੀ ਵਹੀਕਲਸ ਪੜ੍ਹੇ ਆ ਉਹਨਾਂ ਦਾ ਸਾਰਾ ਦਾ ਰਿਵੀਜ਼ਨ ਹੈ ਸੇਮ ਟਾਈਮਿੰਗ ਨਾਲ ਹੁੰਦਾ ਆ ਯਾਨੀ ਕਿ ਪਹਿਲਾ 4 ਸਾਲ ਬਾਅਦ ਤੇ ਉਸ ਤੋਂ ਬਾਅਦ ਹਰ 2 ਸਾਲ ਬਾਅਦ। ਤੁਸੀਂ ਬਸ ਇੰਨੀ ਚੀਜ਼ ਯਾਦ ਰੱਖਿਓ ਤੇ ਕਿੰਨੇ ਕੁਝ ਤੁਹਾਡੇ ਆਪੇ ਸੋਲਵ ਹੋ ਜਾਣੇ। ਅੱਜ ਦੀ ਇਸ ਵੀਡੀਓ ਲਈ ਅਸੀਂ ਪਹਿਲਾ ਪਾਰਟ ਹੀ ਪੜ੍ਹਿਆ ਹਜੇ ਕਲਾਸੀਫਿਕੇਟ ਸੁਣੇ ਦੀ ਵਹੀਕਲ ਦਾ। ਅਗਲੀ ਵੀਡੀਓ 'ਚ ਅਸੀਂ ਬਾਕੀ ਦੇ ਪੜ੍ਹਾਂਗੇ ਤੇ ਅੱਜ ਦੀ ਵੀਡੀਓ ਨੂੰ ਅਸੀਂ ਇੱਥੇ ਹੀ ਐਂਡ ਕਰਦੇ ਹਾਂ।
ਵੀਡੀਓ ਦੇਖਣ ਲਈ ਤੁਹਾਡਾ ਥੈਂਕ ਯੂ, ਗ੍ਰਾਸੀ ਪਰ ਲਾ ਵਿਜ਼ਿਓਨੇ।